ਆ ਵੀਡੀਓ ਨੂੰ ਸਕਿਪ ਨਾ ਕਰਿਓ, ਵੀਡੀਓ ਧਿਆਨ ਨਾਲ ਦੇਖਿਓ। ਬਾਬਾ ਜੀ ਨੇ ਬਹੁਤ ਸਿਆਣੀ ਗੱਲ ਕਹੀ ਆ ਤੇ ਵੀਡੀਓ ਨੂੰ ਕਰਦੇ ਆ ਸਟਾਰਟ। ਮੈਂ ਦੋ ਮਾਵਾਂ ਦੀ ਐਗਜ਼ਾਮਪਲ ਦੇਵਾਂਗਾ। ਹੁਣ ਤੁਸੀਂ ਕਿਹੜੀ ਮਾਂ ਨੂੰ ਆਪਣੇ ਜੀਵਨ 'ਚ ਫਿੱਟ ਕਰਨਾ ਹੈ ਮਰਜ਼ੀ ਤੁਹਾਡੀ ਆ। ਸਿਆਣੀ ਮਾਂ ਦੇ ਕੋਲ ਜਦੋਂ ਬੱਚਾ ਗਿਆ, ਉਹਨੇ ਸ਼ਿਕਾਇਤ ਲਾਈ ਆਪਣੇ ਪਿਓ ਦੀ ਵੀ ਅੱਜ ਬਾਪੂ ਨੇ ਮੇਰਾ ਲਿਆ ਦਿੱਤਾ, ਮੇਰੇ ਦੋਸਤਾਂ ਮਿੱਤਰਾਂ ਸਾਹਮਣੇ ਮੇਰੀ ਇਨਸਲਟ ਕਰ, ਮੈਨੂੰ ਆਹ ਕਹਿਤਾ। ਸਿਆਣੀ ਮਾਂ ਨੇ ਬੱਚੇ ਨੂੰ ਪਲੋਸਿਆ, ਗੱਲ ਨਾ ਲਾਇਆ, ਇੱਕ ਸ਼ਬਦ ਬੋਲਿਆ, ਕਹਿੰਦੀ ਪੁੱਤ ਤੇਰਾ ਬਾਪ ਗਲਤ ਨਹੀਂ ਹੈ, ਉਹ ਬੜਾ ਨੇਕ ਇਨਸਾਨ ਹੈ। ਕਦੀ ਉਹਦੇ ਪੈਰਾਂ ਵੱਲ ਵੇਖ, ਕਦੀ ਉਹਦੇ ਹੱਥਾਂ ਦੇ ਵੇਖ। ਉਹਦਾ ਕਈ ਵਾਰੀ ਮਹਿੰਗੀ ਜੁੱਤੀ ਲੈਣ ਨੂੰ ਜੀ ਕਰਦਾ ਸੀ, ਪਰ ਉਹਨੇ ਕਹਿਣਾ ਵੀ ਛੱਡ ਮਨਾ, ਵਧੀਆ ਬੂਟ ਲੈ ਕੇ ਦੇਵਾਂ ਸਕੂਲ। ਬਿਲਕੁਲ ਸਹੀ, ਆਪਣੇ ਬਾਪ ਵੱਲ ਵੇਖ, ਉਹ ਆਪ ਘੱਟ ਪੜ੍ਹ ਕੇ ਉਹਨੇ ਤੇਰੇ ਤਾਏ ਚਾਚੇ ਪੜ੍ਹਾਈ, ਉਹ ਤਾਂ ਆਪਣੇ ਪਿਓ ਵੱਲ ਵੇਖ, ਬੜਾ ਨੇਕ ਇਨਸਾਨ। ਉਹਦਾ ਬੱਚੇ ਦੇ ਦਿਮਾਗ 'ਚ ਜ਼ਹਿਰ ਬਣ ਰਿਹਾ ਸੀ ਨਾ ਪਿਓ ਪ੍ਰਤੀ, ਮਾਂ ਦੇ ਮਿੱਠੇ ਸ਼ਬਦਾਂ ਨੇ ਐਸਾ ਅੰਮ੍ਰਿਤ ਘੋਲਿਆ, ਉਹ ਜ਼ਹਿਰ ਨੂੰ ਅੰਮ੍ਰਿਤ ਵਿੱਚ ਚੇਂਜ ਕਰ ਦਿੱਤਾ। ਸ਼ਾਮਾਂ ਤੱਕ ਬੱਚੇ ਦੇ ਵਿਚਾਰ ਚੇਂਜ ਹੋ ਗਏ ਪਿਓ ਪ੍ਰਤੀ। ਸ਼ਾਮ ਮਾਂ ਨੂੰ ਜਾ ਕੇ ਮੰਜੇ ਤੇ ਬਹਿ ਕੇ ਨਾ ਪਿਓ ਦਿਆਂ ਦਾ, ਪਾਪਾ ਜੀ ਸੌਰੀ ਗਲਤੀ ਹੋ ਗਈ। ਅੱਛਾ ਇੱਕ ਤੇ ਪਿਓ ਨੇ ਝਿੜਕਿਆ ਵੀ ਤੇ ਸੌਰੀ ਵੀ ਬੱਚੇ ਨੇ ਅੱਗਿਓਂ ਕਿਹਾ, ਇਹ ਕਿਹਨੇ ਕਵਾਇਆ ਭਲਾ, ਬੋਲ ਕੇ ਦੱਸਿਓ ਜੀ। ਪੈਣੋ ਤੁਸੀਂ ਗੱਜ ਕੇ ਬੋਲੋ, ਮਾਂ ਨੇ। ਮਾਂ ਨੇ ਤਾਂ ਇਹ ਕਹਿੰਦੇ ਆ ਕਿ ਜੇ ਘਰ ਵਿੱਚ ਮਾਂ ਬੱਚਿਆਂ ਨੂੰ ਚੰਗੇ ਸੰਸਕਾਰ ਦੇਵੇ ਨਾ, ਤੇ ਬੱਚੇ ਦੁਨੀਆਦਾਰੀ 'ਚ ਉੱਦਾਂ ਹੀ ਵਿਚਰਦੇ ਨੇ, ਤੇ ਮਾਂ ਪਿਓ ਦਾ ਫਰਜ਼ ਬਣਦਾ ਕਿ ਆਪਣੇ ਬੱਚਿਆਂ ਨੂੰ ਸਹੀ ਜਗ੍ਹਾ ਸਹੀ ਤਾਲੀਮ ਦੇਣੀ, ਸਹੀ ਬੋਲਣਾ ਸਿਖਾਉਣਾ। ਬਾਕੀ ਕਮੈਂਟ ਕਰਕੇ ਦੱਸਿਓ ਵੀਡੀਓ ਕਿੱਦਾਂ ਹੀ ਲੱਗੀ ਆ, ਤੇ ਧੰਨਵਾਦ।